ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਅਵਰ ਯੂਟਿਊਬ ਚੈਨਲ ਵਲੋਗਸ ਵਿਦ ਕੀਰਤ। ਹਾਂਜੀ, ਅੱਜ ਆਪਾਂ ਚੱਲੇ ਹਾਂ ਕਿਸੇ ਖਾਸ ਸਿੰਗਰ ਨੂੰ ਮਿਲਾਉਣ। ਤੁਹਾਨੂੰ ਦੱਸ ਬਈ ਕਿਹੜਾ ਆ? ਜੈਜ਼ੀ ਬੀ। ਜੈਜ਼ੀ ਬੀ ਇਨ ਦਾ ਹਾਊਸ। ਜੈਜ਼ੀ ਬੀ ਆਇਆ ਹੋਇਆ ਜੀ ਕਲੋਨੇ, ਅਤੇ ਸਿੱਧਾ ਕੰਮ 'ਤੇ ਸੀਗੇ, ਕੋਈ ਪਲੈਨ ਨਹੀਂ ਸੀਗਾ ਪਹਿਲਾਂ ਆਉਣ ਦਾ, ਤਾਂ ਹੀ ਪਰਨੇ ਪੁਰਨੇ ਅੱਜ ਮਤਲਬ ਇੱਦਾਂ ਹੀ ਆ ਗਏ ਹਾਂ। ਅਤੇ ਜਾ ਕੇ ਹੁਣ ਦੇਖਦੇ ਹਾਂ ਆਪਾਂ, ਹੁਣ ਡਾਊਨ ਟਾਊਨ ਆ ਨੇੜੇ, ਕੈਕਟਸ ਕਲੱਬ, ਅਤੇ ਲੋਕੇਸ਼ਨ ਹੈਗੀ ਉਹਨਾਂ ਦੀ। ਕਿਹੜੀ ਲੋਕੇਸ਼ਨ ਹੈ ਯਾਰ? ਉਹ ਕਿੰਗ ਟੈਪ ਦੇ ਕੋਲ, ਡੈਲਟਾ ਦੇ ਪਿੱਛੇ, ਡੈਲਟਾ ਹੋਟਲ ਦੇ ਪਿੱਛੇ। ਜੇ ਤੁਸੀਂ ਕਲੋਨਾ ਜਦੋਂ ਆ ਕੇ ਇੰਜੋਏ ਕਰ ਲਿਓ, ਪਰ ਜਦੋਂ ਤੱਕ ਇਹ ਵਲੋਗ ਪੈਣਾ ਉਦੋਂ ਤੱਕ ਤਾਂ ਬਹੁਤ ਟਾਈਮ ਹੋ ਜਾਣਾ, ਪਰ ਲੱਗਦਾ ਸਾਰੇ ਫਨ ਕਰ ਰਹੇ ਨੇ। ਅਤੇ ਤੁਹਾਨੂੰ ਦਿਖਾਉਂਦੇ ਆ ਜੀ ਲਾਈਵ, ਅਤੇ ਪੂਰਾ ਨਜ਼ਾਰਾ ਆਉਣ ਵਾਲਾ ਵਾ। ਚਲੋ ਸਟੇ ਟਿਊਨਡ। The show, because you guys came, I came, all the Billy Boy came all the way from UK. Please, ਅੰਕਲ ਜੀ ਬੇਨਤੀ ਹੈ ਬਸ, ਆ ਲਓ ਜੀ। ਮੈਂ ਬਚ ਗਿਆ, ਮੈਂ ਤਾਂ ਕਿਹਾ ਫੋਨ ਗਿਆ, ਪਾਣੀ ਨਹੀਂ ਸੀਗਾ ਕੋਈ ਨਹੀਂ। ਪਲੀਜ਼ ਸਾਰੇ ਚਾਰ ਚਾਰ ਫੁੱਟ ਪਿੱਛੇ ਨੂੰ ਹੋ ਜਾਓ ਵੀਰੇ, ਪਲੀਜ਼ ਹੱਥ ਜੁੜ ਕੇ ਬੇਨਤੀ ਹੈ, ਕਿਉਂਕਿ ਸਿਟੀ ਦਾ ਜਿਹੜੇ ਰੂਲਸ ਨੇ ਉਹ ਆਪਾਂ ਨੂੰ ਫੋਲੋ ਕਰਨੇ ਚਾਹੀਦੇ ਨੇ। ਪਲੀਜ਼, ਤੁਹਾਨੂੰ ਪਤਾ ਹੀ ਹੈ ਕਿੰਨੀਆਂ ਘਟਨਾਵਾਂ ਹੋਈਆਂ ਨੇ ਲੇਟਲੀ, ਯੂ ਨੋ, ਲੋਟ ਆਫ ਪੀਪਲ ਬੀਨ ਡਰਾਉਨਡ ਇਨ ਵਾਟਰ, ਯੂ ਨੋ ਵਾਟ ਆਈ ਮੀਨ। ਸੋ ਪਲੀਜ਼, ਇਟਸ ਅ ਹੰਬਲ ਰਿਕੁਐਸਟ, ਐਵਰੀਬਡੀ ਸਟੈਪ ਬੈਕ, ਸਟੈਪ ਬੈਕ, ਵੀ ਗਾਟ ਲੋਟ ਆਫ ਰੂਮ ਐਟ ਦ ਬੈਕ, ਐਵਰੀਬਡੀ ਸਟੈਪ ਬੈਕ, ਸਟੈਪ ਬੈਕ, ਆਪ ਹੀ ਹੋ ਜਾਓ ਆਰਾਮ ਨਾਲ, ਕੋਈ ਚੱਕਰ ਨਹੀਂ। ਬੋਲੀ ਨਾ ਹੁੰਦੀ ਤਾਂ ਜੈਦੀ ਵੈਸ ਨੇ ਤਰਲੋਕ ਸਿੰਘ ਕੁੰਡਲ ਦੇ ਨਾਲ ਸ਼ਰਤਾਂ ਦੇ ਹੀ ਕੰਮ ਕਰਨਾ ਸੀ, ਤੇ ਬੌਸ ਦਾ ਵੀ ਇਹ ਵੀ ਦੇਖੋ ਕਿੱਡੀ ਗੱਲ ਹੈ ਵੀ ਉਹਨੇ ਮੇਰੇ ਵਿੱਚ ਦੇਖਿਆ ਕੁਛ, ਕੋਈ ਬੰਦਾ ਮਿਲੀਨੀਅਰ ਬੰਦਾ ਨਹੀਂ ਸੀਗਾ, ਸਾਡੇ ਬੇਸਮੈਂਟ 'ਚ ਰਹਿੰਦਾ ਸੀ, ਲੇਕਿਨ ਕਹਿੰਦਾ ਜੈਸ ਯੂ ਗਾਟ ਅ ਟੈਲੈਂਟ, ਯੂ ਗਾਟ ਅ ਡੂ ਸਮਥਿੰਗ। ਉਹਨੇ ਮੇਰੀ ਪਹਿਲੀ ਟੇਪ ਕੀਤੀ ਹੈ, ਸੋ ਚੰਦ ਲਾਈਨਾਂ ਤੁਹਾਡੀ ਨਜ਼ਰ ਕਰਦਾ ਤੁਹਾਡੇ ਸਾਰਿਆਂ ਦੇ ਨਾਲ, ਉੱਥੇ ਦੱਸ ਫਿਰ ਆਮੀ ਖਿੱਚ, ਲਿਵ ਯੂਰ ਡ੍ਰੀਮ, ਆਲਰਾਈਟ, ਵਾਟਐਵਰ ਯੂ ਗਾਇਸ ਵਾਂਟ ਟੂ ਡੂ ਇਨ ਲਾਈਫ, ਟਰਸਟ ਮੀ, ਨੋਬਡੀ ਕੈਨ ਸਟਾਪ ਯੂ, ਟਰਸਟ ਮੀ, ਵਨ ਆਈ ਸਟਾਰਟਡ ਪੀਪਲ ਸੇਇੰਗ ਓ ਆਵਾਜ਼ ਤਾਂ ਠੀਕ ਆ, ਵਾਲਾਂ ਦਾ ਕੀ ਜਲੂਸ ਕੱਢਿਆ, ਠੀਕ ਹੈ ਨਾ, ਮਾਲਕ ਦੀ ਕਿਰਪਾ ਨਾਲ ਅੱਗੇ ਅਗਲੇ ਸਾਲ 30 ਸਾਲ ਹੋ ਜਾਣੇ, ਮੈਂ ਕਹਿੰਦਾ ਮਾਲਕ ਇਸੇ ਤਰ੍ਹਾਂ ਜਲੂਸ ਕੱਢੀ ਰੱਖੇ। So don't let nobody stop you, what do you guys want to do in life? One thing I got to say is work hard, don't cut corners, don't take the easy way out. You might not make it the first time, second time, third time, but trust me, when you work from the heart, the God, apna vaiguru hai na, phir oh chhodiyan bhar denda pooriyan. So whatever you guys want to do in life, bas mark da naam leke karo, so chand laina thodi nazar hai. ਜਿਨ੍ਹਾਂ ਮੇਰੇ ਚੰਦ ਗੀਤਾਂ ਨੂੰ ਪਿਆਰ ਦਿੱਤਾ, ਲੱਖ ਦਿਨਵਾਦੀ ਉਹਨਾਂ ਸੱਜਣਾ ਪਿਆਰਿਆਂ ਦਾ, ਜਿਨ੍ਹਾਂ ਮੇਰੇ ਚੰਦ ਗੀਤਾਂ ਨੂੰ ਪਿਆਰ ਦਿੱਤਾ, ਲੱਖ ਦਿਨਵਾਦੀ ਉਹਨਾਂ ਸੱਜਣਾ ਪਿਆਰਿਆਂ ਦਾ, ਜਿਨ੍ਹਾਂ ਮੇਰਾ ਉਹ ਦੀਆਂ ਰਾਤਾਂ ਵਿੱਚ ਸਾਥ ਦਿੱਤਾ, ਲੱਖ ਦਿਨਵਾਦੀ ਉਹਨਾਂ ਚਾਨੀ ਅਤੇ ਤਾਰਿਆਂ ਦਾ, ਜਿਨ੍ਹਾਂ ਮੈਨੂੰ ਔਕੜਾਂ 'ਚ ਚੱਲਣਾ ਸਿਖਾਇਆ, ਲੱਖ ਦਿਨਵਾਦੀ ਰਾਹੀਂ ਕੰਡੀਆਂ ਖਿਲਾਰਿਆਂ ਦਾ, ਜਿਨ੍ਹਾਂ ਮੈਨੂੰ ਉੱਚੀ ਬਾਂਹ ਦਿੱਤਾ ਹੋਕਾ ਗਾਉਣ ਨੂੰ, ਤਾੜੀ ਇੱਕ ਵਾਰੀ ਤਰਲੋਕ ਸਿੰਘ ਕੁੰਡਰ ਦੇ ਨਾਂ 'ਤੇ ਮਾਰ ਦਿਓ ਸਾਡਾ ਬੌਸ, ਲੱਖ ਦਿਨਵਾਦੀ ਉਹਨਾਂ ਰੱਬ ਜੈ ਪਿਆਰਿਆਂ ਦਾ, just
ਰੱਬ ਜੀ ਨੇ ਲੱਖ ਧੰਨਵਾਦੀ ਤੁਹਾਡੇ ਮਿਲੇ ਹੋਏ ਹੁੰਗਾਰਿਆਂ ਦਾ ਜੈਜ਼ੀ ਸਿੱਧਾ ਸੱਤੀ ਤਿੰਨਾਂ ਨਾਵਾਂ ਨੂੰ ਪਿਆਰ ਦਿੱਤਾ ਲੱਖ ਧੰਨਵਾਦੀ ਤੁਹਾਡੇ ਦਿਲੋਂ ਸਤਿਕਾਰਿਆਂ ਦਾ
ਆਪਣੇ ਮਾਪੇ ਦੀ ਇੰਨੀ ਸੇਵਾ ਕੀਤੀ ਹੈ ਕਿਉਂਕਿ ਮੈਂ ਟਰੈਵਲਿੰਗ 'ਚ ਬਹੁਤ ਰਹਿੰਦਾ ਸੀ, ਯੂ ਨੋ ਵਾਟ ਆਈ ਮੀਨ, ਲੇਕਿਨ ਉਹ ਜੇ ਦੁਨੀਆ ਤੋਂ ਗਏ ਆ ਤਾਂ ਖੁਸ਼ ਗਏ ਆ, ਸੋ ਸਭ ਕੁਝ ਉਹਨਾਂ ਦੇ ਚਰਨਾਂ 'ਚ ਹੀ ਆ, ਉਹਨਾਂ ਦੀ ਭਾਗ ਲੱਗੇ ਨੇ, ਲੇਕਿਨ ਜੇ ਤੁਹਾਡੀ ਮਾਂ ਕੋਲ ਹੈ ਤਾਂ ਮੇਕ ਸ਼ੋਰ ਯੂ ਗਾਇਸ ਗਿਵ ਹਰ ਹੱਗ ਰਾਈਟ ਨਾਓ ਮੈਨ, ਜੱਫੀ ਪਾਓ, ਗਿਵ ਹਰ ਹੱਗ ਮੈਨ, ਟਰਸਟ ਮੀ, ਟਰਸਟ ਮੀ, ਜਿੰਨਾ ਮਰਜ਼ੀ ਪੈਸਾ ਆ ਜਾਵੇ ਲੇਕਿਨ ਜਦੋਂ ਮਾਂ ਨੂੰ ਆਪਣੇ ਘੁੱਟ ਕੇ ਜੱਫੀ ਮਾਰੋ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ, ਸੋ ਮਾਂ ਦੇ ਨਾਂ 'ਤੇ ਚੰਦ ਲਾਈਨਾਂ, ਇਹਨਾਂ ਨੂੰ ਦੇਖ ਕੇ ਮੈਨੂੰ ਆਪਣੀ ਮਾਂ ਯਾਦ ਆ ਗਈ, ਸੋ ਚੰਦ ਲਾਈਨਾਂ ਜੀ ਮੈਨੂੰ ਜੱਗ ਵਿੱਚ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਸ਼ਾਹ ਉਦਾਰੀ, ਸਾਰੇ ਜਿਹੜੇ ਆਪਣੀ ਠੋਰਚ ਥੋੜੀ ਜਿਹੀ ਠੋਰਚ ਆ ਮੈਂ ਫਿਰ ਮੰਮਾ ਦਾ ਕਮਾ, ਸਾਰੇ ਜਿਹੜੇ ਕੁਝ ਫਲਾਸ਼ਾ, ਜਿਸ ਤੋਂ ਲੈ ਕੇ ਸ਼ਾਹ ਉਦਾਰੀ, ਰੱਬ ਨੇ ਸਵਰਗ ਬਣਾਏ ਹੋਰ ਦੁਨੀਆ ਦੇ ਬੂਟੇ ਚੜ ਸੁੱਕਦੀਆਂ ਸੁੱਕ ਜਾਵਣ, ਪਰ ਇਹ ਬੂਟਾ ਫੁੱਲਾਂ ਨੇ ਮਰਜਾਇਆ, ਇਹ ਬੂਟਾ ਸੁੱਕ ਜਾਵੇ, ਜਾ ਤਬਲਾ ਇਸ ਇਸ ਗਾਣਾ ਟੈਂਸ਼ਨ ਦਾ ਮਾਈਕ ਆਫ ਤਬਲਾ ਇਸ ਇਸ ਗਾਣਾ, ਸਾਰੇ ਜਿਹੜੇ ਪੁੱਛ ਫਲੈਸ਼ ਆਉਣ ਗਿਆ ਸੀ ਨਾ ਜੀ, ਬਹੁਤ ਇੰਜੋਏ ਕਰ ਰਹੇ ਹਾਂ ਅਤੇ
ਸਾਰਾ ਕੁਛ ਵਧੀਆ ਚੱਲ ਰਿਹਾ। ਹੁਣ ਜੀਜੀ ਨੂੰ ਪਿਸ਼ਾਬ ਆ ਗਿਆ ਸੀ, ਸਾਰਾ ਤੈਨੂੰ ਵੀ ਆਇਆ। ਸੱਜਣੇ ਨੂੰ ਜੋ ਵੀ ਹੈ ਉਹਨੂੰ ਯਾਦ ਕਰ ਲਓ, ਖਿੱਚਾਂ ਤੇ ਲਾਈਨਾਂ ਤੁਹਾਡੀ ਨਜ਼ਰ।
ਡਫਣਾ ਸ਼ੁਰੂ ਕਰ। ਸ਼ੋਅ ਤਾਂ ਸਟਿਲ ਔਨ ਸੀਗਾ ਬਟ ਆਪਾਂ ਆ ਗਏ ਹਾਂ ਹੁਣ, ਬਿਕੋਜ਼ ਮੇਰਾ ਕੰਮ ਸੀਗਾ ਸਵੇਰੇ ਛੇਤੀ, ਅਤੇ ਕਾਫੀ ਇੰਜੋਏ ਹੋ ਰਿਹਾ ਸੀਗਾ। ਸਭ ਤੋਂ ਵਧੀਆ ਗੱਲ ਇਹ ਸੀ ਕਿ ਮੌਸਮ ਬਹੁਤ ਵਧੀਆ ਸੀਗਾ, ਅਤੇ ਦੂਜੀ ਗੱਲ ਇੱਕ ਕਾਇੰਡ ਆਫ ਲੇਕ ਦੇ ਕਿਨਾਰੇ ਸੀਗਾ, ਬੀਚ ਦੇ ਕਿਨਾਰੇ, ਸੋ ਬੜਾ ਹੀ ਵਧੀਆ ਇਨਵਾਇਰਮੈਂਟ ਸੀਗਾ। ਅਤੇ ਆਪਾਂ ਚੱਲੇ ਹਾਂ ਜੀ ਹੁਣ ਘਰੇ, ਅਤੇ ਥੈਂਕ ਯੂ ਸੋ ਮਚ ਜੀ, ਆਈ ਹੋਪ ਤੁਸੀਂ ਵਲੋਗ ਇੰਜੋਏ ਕੀਤਾ ਹੋਊਗਾ, ਵਲੋਗ ਜੋ ਵੀ ਪਰਫੋਰਮੈਂਸ ਕਹੋ ਜੋ ਵੀ, ਹੈ ਨਾ, ਅਤੇ ਪਰਫੋਰਮੈਂਸ ਤੁਸੀਂ ਇੰਜੋਏ ਕੀਤੀ ਹੋਊਗੀ। ਅਤੇ ਸਾਰੇ ਆਪਣਾ ਧਿਆਨ ਰੱਖਿਓ ਜੀ, ਰਾਤ ਦੇ ਵੱਜ ਚੁੱਕੇ ਨੇ 10, ਅਤੇ ਆਪਾਂ ਚੱਲਦੇ ਹਾਂ ਘਰੇ। ਹੈਵ ਅ ਗੁੱਡ ਨਾਈਟ ਐਵਰੀਵਨ, ਗੁੱਡ ਨਾਈਟ ਐਵਰੀਵਨ, ਟੇਕ ਕੇਅਰ, ਬਾਏ ਬਾਏ।